ਭਾਰਤੀ ਮੌਸਮ ਵਿਭਾਗ ਦੀ ਸਹਾਇਤਾ ਦੇ ਨਾਲ ਗੱਲ ਕਰਦੇ ਹਾਂ ਕਿ 17 ਮਈ ਤੋਂ ਲੈ ਕੇ 21 ਮਈ 2020 ਤੱਕ ਦਾ ਮੌਸਮ ਕਿਸ ਤਰੀਕੇ ਦਾ ਰਹੂਗਾ ਕੁਲਦੀਪ ਸਿੰਘ ਸ਼ੇਰਗਲ ਮਰਖਾਈ ਵੱਲੋਂ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਜੇਕਰ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਤੇ ਨਵੇਂ ਤੇ ਲਾਲ ਬਟਨ ਉਕ ਚੈਨਲ ਸਬਸਕ੍ਰਾਈਬ ਕਰ ਸਕਦੇ ਨੇ Facebook ਤੇ ਦੇਖ ਰਹੇ ਹਾਂ Facebook ਪੇਜ ਮੇਰਾ ਪੰਜਾਬ ਮੇਰਾ ਕਿਸਾਨ ਜੁਆਇਨ ਕਰ ਸਕਦੇ ਹੋ ਦੋਸਤੋ ਪਹਿਲਾਂ ਦੱਸਿਆ ਸੀ ਕਿ 18 ਮਈ ਦੇ ਨੇੜੇ ਮੌਸਮ ਖਰਾਬ ਹੋ ਸਕਦਾ ਹੈ ਪਰੰਤੂ ਉਹ ਹੁਣ 18 ਮਈ ਨੂੰ ਘਟ ਸੰਭਾਵਨਾ ਹੈ 17 ਮਈ ਨੂੰ ਕੁਝ ਇਲਾਕਿਆਂ 'ਚ ਮੌਸਮ ਖਰਾਬ ਹੋ ਸਕਦਾ ਹੈ। ਸਮੁੰਦਰ ਦੇ ਵਿੱਚ ਅੰਪਨ ਨਾਮ ਦਾ ਜਿਹੜਾ ਸਮੁੰਦਰੀ ਤੂਫਾਨ ਹੈ ਉਹ ਆਪਣਾ ਕਹਿਰ ਮਚਾਰਿਆ ਜਿਹਦੇ ਕਰਕੇ ਸਾਡੀਆਂ ਭਾਰਤ ਦੀਆਂ ਕੁਝ ਰਾਜਾਂ ਦੇ ਵਿੱਚ ਅਗਲੇ ਦਿਨ ਕਾਫੀ ਖਤਰਨਾਕ ਰਹਿਣ ਦੀ ਸੰਭਾਵਨਾ ਹੈ। ਪਰੰਤੂ ਉੱਤਰ ਪੱਛਮ ਭਾਰਤ ਦੇ ਵਿੱਚ ਇਹਦਾ ਕੋਈ ਅਸਰ ਪੈਣ ਦੀ ਸੰਭਾਵਨਾ ਨਹੀਂ ਹੈਗੀ। ਤੇ ਸਾਡੇ ਇੱਥੇ ਆਮ ਤੌਰ ਤੇ 21 ਮਈ 2020 ਤੱਕ ਮੌਸਮ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ। ਸਭ ਤੋਂ ਪਹਿਲਾਂ ਜੇ ਆਪਾਂ ਦੇਖੀਏ ਤਾਂ ਪੰਜਾਬ ਦੇ ਵਿੱਚ 17 ਪੰਜਾਬ ਦੇ ਵਿੱਚ 17 ਮਈ 2020 ਨੂੰ ਕੇਵਲ 25% ਇਲਾਕੇ ਦੇ ਵਿੱਚ ਵਰਖਾ ਹੋ ਸਕਦੀ ਹੈ। ਹਰਿਆਣਾ, ਚੰਡੀਗੜ੍ਹ, ਦਿੱਲੀ 17, 18, 19, 20, 21 ਮਈ ਖੁਸ਼ਕ ਉਤਰਾਖੰਡ ਦੇ ਵਿੱਚ 17 ਅਤੇ 18 ਮਈ ਨੂੰ ਥੋੜੇ ਜਿਹੇ ਇਲਾਕੇ ਚ ਵਰਖਾ ਹੋ ਸਕਦੀ ਹੈ ਬਾਕੀ ਆਮ ਤੌਰ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਪੱਛਮੀ ਉੱਤਰ ਪ੍ਰਦੇਸ਼ 17 18 19 20 ਅਤੇ 21 ਮਈ 2020 ਨੂੰ ਆਮ ਤੌਰ ਤੇ ਖੁਸ਼ਕ ਬਣਿਆ ਰਹੇਗਾ ਪੱਛਮੀ ਰਾਜਸਥਾਨ ਇੱਥੇ 17 ਨੂੰ ਮਾੜੇ ਮੋਟੀ ਕੁਝ ਇਲਾਕਿਆਂ ਚ ਵਰਖਾ ਹੋ ਸਕਦੀ ਹੈ ਬਾਕੀ ਸਾਰੇ ਦਿਨ ਖੁਸ਼ਕ ਬਣਿਆ ਰਹੇਗਾ ਤਾਪਮਾਨ ਹੁਣ ਉੱਪਰ ਜਾਊਗਾ ਤੇ ਕੁਝ ਇਲਾਕਿਆਂ ਦੇ ਵਿੱਚ ਲੂ ਚੱਲਣ ਦੀ ਸੰਭਾਵਨਾ ਵੀ ਬਣਦੀ ਜਾ ਰਹੀ ਹੈ ਜੇਕਰ 17 ਮਈ ਨੂੰ ਦੇਖੀਏ ਤਾਂ ਬਹੁਤ ਥੋੜੇ ਏਰੀਆ ਦੇ ਵਿੱਚ ਵਰਖਾ ਹੋ ਸਕਦੀ ਹੈ ਰਾਜਸਥਾਨ ਦੇ ਵਿੱਚ ਧੂੜ ਭਰੀ ਹਨੇਰੀ ਆ ਸਕਦੀ ਹੈ ਬਹੁਤ ਥੋੜਾ ਜਿਹਾ ਏਰੀਆ ਹੋਊਗਾ ਪੰਜਾਬ ਦਾ ਜਿਹਦੇ ਵਿੱਚ ਈਕਾ ਦੁੱਕਾ ਵਰਖਾ ਹੋ ਸਕਦੀ ਹੈ ਜ਼ਿਲ੍ਹੇਵਾਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ 18 ਮਈ ਨੂੰ ਉੱਤਰ ਪੱਛਮ ਭਾਰਤ ਸਾਰਾ ਖੁਸ਼ਕ ਹੈ ਕੇਵਲ ਤੇ ਕੇਵਲ ਪਹਾੜਾਂ ਦੇ ਵਿੱਚ ਇਹ ਵਰਖਾ ਹੋਣ ਦੀ ਸੰਭਾਵਨਾ ਹੈ ਬਾਕੀ ਸਾਰਾ ਇਲਾਕਾ ਖੁਸ਼ਕ ਰਹਿਣ ਦੀ ਸੰਭਾਵਨਾ ਹੈ 19 ਮਈ ਨੂੰ ਦੇਖੋ ਕਿ ਉੱਤਰ ਪੱਛਮ ਭਾਰਤ ਖੁਸ਼ਕ ਹੋ ਜਾਂਦਾ ਹੈ ਰਾਜਸਥਾਨ ਦੇ ਵਿੱਚ ਲੋ ਚੱਲਣ ਦੀ ਸੰਭਾਵਨਾ ਬਣ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਜਿਹੜਾ 20 ਮਈ 2020 ਹੈ ਇਹਦੇ ਵਿੱਚ ਫੇਰ ਲੋ ਚੱਲਣ ਦੀ ਸੰਭਾਵਨਾ ਹੈ ਏਰੀਆ ਖੁਸ਼ਕ ਹੈ ਲੇਕਿਨਾਂ ਪੂਰਬੀ ਭਾਰਤ ਤੁਸੀਂ ਦੇਖ ਰਹੇ ਹੋ ਇੱਥੇ ਤੂਫਾਨ ਆਪਣਾ ਕਹਿਰ ਮਚਾਏਗਾ ਦੇਖੋ ਲਾਲ ਰੰਗ ਦੀ ਵਾਰਨਿੰਗ ਆ ਚੁੱਕੀ ਹੈ ਕੁਝ ਏਰੀਆ ਜਿਹੜਾ ਹੈਗਾ ਕਾਲੇ ਬੱਦਲਾ ਨਾਲ ਕਿਰਿਆ ਹੋਇਆ ਲੇਕਿਨ ਸਾਡਾ ਇਲਾਕਾ ਸਹੀ ਰਹੇਗਾ ਜਿਹੜੇ ਫੇਸਬੁੱਕ WhatsApp ਦੇ ਉੱਪਰ ਕੁਝ ਮੈਸੇਜ ਘੁੰਮ ਰਹੇ ਕਿ ਤੂਫਾਨ ਆ ਰਿਹਾ ਉਹ ਝੂਠ ਹੈ ਜੇ ਤੁਸੀਂ ਇਹ ਮੈਪ ਦੇਖੋਗੇ ਤਾਂ ਸਾਨੂੰ ਇਹ ਲੱਗਦਾ ਹੈ ਕਿ 21-22 ਮਈ ਦੇ ਨੇੜੇ ਕੁਝ ਇਲਾਕਿਆਂ ਦੇ ਵਿੱਚ ਵਰਖਾ ਹੋ ਸਕਦੀ ਹੈ ਉਸ ਤੋਂ ਬਾਅਦ 22 ਤੋਂ 28 ਮਈ 2020 ਦੇ ਦੌਰਾਨ ਮੌਸਮ ਆਮ ਤੌਰ ਤੇ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ ਬਾਕੀ ਦੇਖੋ ਜੇ ਕੋਈ ਚੇਂਜ ਆਏਗਾ ਤਾਂ ਉਹਦੀ ਗੱਲ ਤੁਹਾਡੇ ਨਾਲ ਕਰ ਲਈ ਜਾਵੇਗੀ ਇਹ ਜੋ ਏਰੀਆ ਦੇਖ ਰਹੇ ਹਾਂ 29 ਮਈ ਤੋਂ 4 ਜੂਨ ਦੇ ਵਿਚਾਲੇ ਪੰਜਾਬ ਦਾ 80-90% ਹਿੱਸਾ ਹਰਿਆਣਾ ਦਾ 50% ਹਿੱਸਾ ਗੰਗानगर ਹੁਮਾਨਗੜ੍ਹ ਹੈ ਇੰਨਾ ਏਰੀਆ ਦੇ ਵਿੱਚ ਤੇ ਨਾਲ ਲੱਗਦੇ ਪਾਕਿਸਤਾਨ ਦੇ ਵਿੱਚ ਵਰਖਾ ਹੋ ਸਕਦੀ ਹੈ ਜਦੋਂ ਕਿ ਪੂਰਾ ਪਹਾੜੀ ਰਾਜ ਦਿੱਲੀ ਪੱਛਮੀ ਉੱਤਰ ਪ੍ਰਦੇਸ਼ ਇਹਨਾਂ ਦਿਨਾਂ ਦੇ ਵਿੱਚ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ ਕਹਿਣ ਦਾ ਮਤਲਬ ਹੈ ਕਿ ਇੱਕ ਵਾਰੀ ਅਸੀਂ ਹੁਣ ਤਾਪਮਾਨ ਵਧਣ ਦੇ ਦੌਰ ਦੇ ਵਿੱਚ ਆ ਗਏ ਹਾਂ ਜੇਕਰ ਪੰਜਾਬ ਦੇ ਵਿੱਚ ਤੁਸੀਂ ਦੇਖੋਗੇ ਤਾਂ 17 ਅਤੇ 18 ਮਈ ਨੂੰ ਪਠਾਨਕੋਟ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਵਿੱਚ ਹਲਕੀ-ਫੁਲਕੀ ਵਰਖਾ ਹੋ ਸਕਦੀ ਹੈ ਤੇ ਆਹ ਜਿਹੜੇ ਕੁਝ ਜ਼ਿਲ੍ਹੇ ਹੈਗੇ ਆ ਜਿਵੇਂ ਕਿ ਇਹ ਅਮਰਸਾਰ ਹੈ ਤਰਨਤਾਰਨ ਹੈ ਫਿਰੋਜ਼ਪੁਰ ਹੈ ਫਾਜ਼ਿਲਕਾ ਹੈ ਇਹ ਬਠਿੰਡਾ ਹੈ ਮੁਕਤਸਰ ਹੈ ਇੱਥੇ ਵਰਖਾ ਹੋਣ ਦੀ ਸੰਭਾਵਨਾ ਬਹੁਤ ਹੀ ਘੱਟ ਹੈ 17 ਮਈ ਨੂੰ ਇਹ ਕਹਿ ਲੋ ਕਿ ਵੀ ਮਾੜੇ-ਮੋٹے ਥਾਂ ਦੇ ਵਿੱਚ ਜੇਕਰ ਕਿਤੇ ਵਰਖਾ ਹੋ ਜੇ ਤਾਂ ਕੀ ਕਹਿਣਾ ਵੈਸੇ ਜਿਹੜੇ ਹਾਲਾਤ ਹੈ ਕਿ ਪੂਰਾ ਪੰਜਾਬ ਆਉਣ ਵਾਲੇ ਦਿਨਾਂ ਦੇ ਵਿੱਚ ਖੁਸ਼ਕ ਬਣਿਆ ਰਹੇਗਾ ਜੇਕਰ ਕਿਤੇ ਵਰਖਾ ਹੁੰਦੀ ਹੈ ਤਾਂ ਬਹੁਤ ਹੀ ਹਲਕੀ-ਫੁਲਕੀ ਵਰਖਾ ਹੋਣ ਦੀ ਸੰਭਾਵਨਾ ਹੈ ਪਤਾ ਨਹੀਂ ਕਿੰਨੇ ਮਹੀਨੇ ਹੋ ਗਏ ਐ ਇਹ ਗੱਲ ਕੈਨ ਨੂੰ ਤਰਸ ਰਏ ਸੀਗੇ ਕਿ ਕੋਈ ਵਾਰਨਿੰਗ ਨਹੀਂ ਹੈਗੀ ਆ ਕੇਵਲ ਪਠਾਨਕੋਟ ਬਰਦਾਸਪੁਰ ਤੇ ਹੁਸ਼ਿਆਰਪੁਰ ਦੇ ਵਿੱਚ 17 ਤਰੀਕ ਨੂੰ yellow warning ਹੈ ਥੰਡਰਸਟਾਰਮ ਤੇ ਬਿਜਲੀ ਲੱਗਣ ਦੀ ਬਾਕੀ ਸਾਰਾ ਪੰਜਾਬ ਹਰੇ ਦੇ ਵਿੱਚ ਤੇ ਜੇਕਰ ਹੁਣ ਮੈਂ ਹਰਿਆਣਾ ਦੀ ਗੱਲ ਕਰਾਂ ਤਾਂ ਹਰਿਆਣਾ ਇਹਨਾਂ ਦਿਨਾਂ ਦੇ ਵਿੱਚ ਪੂਰਨ ਤੌਰ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਇਹ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਇਹਨਾਂ ਦਿਨਾਂ ਦੇ ਵਿੱਚ ਮੌਸਮ ਪੂਰਨ ਤੌਰ ਤੇ ਖੁਸ਼ਕ ਰਹੇਗਾ ਜਿਹਦੇ ਕਰਕੇ ਨਰਮੇ ਦੀ ਬਿਜਾਈ ਆਪਣਾ ਲੋਕਲ ਮੌਸਮ ਦੇਖ ਕੇ ਸ਼ੁਰੂ ਕਰ ਲੈਣੀ ਚਾਹੀਦੀ ਹੈ ਤੇ ਵਾਰਨਿੰਗ ਹਰਿਆਣਾ ਦੇ ਵਿੱਚ ਕਿਸੇ ਕਿਸਮ ਦੀ ਕੋਈ ਵਾਰਨਿੰਗ ਨਹੀਂ ਗਈ ਮਤਲਬ ਕਿ ਜੋ 17 ਅਤੇ 18 ਤਰੀਕ ਨੂੰ ਵਰਖਾ ਆਉਣ ਦੀ ਸੰਭਾਵਨਾ ਸੀ ਹਰਿਆਣਾ ਦੇ ਵਿੱਚ ਉਹ ਬਿਲਕੁਲ ਹੁਣ ਖਤਮ ਹੋ ਚੁੱਕੀ ਹੈ ਤੇ ਮੌਸਮ ਖੁਸ਼ਕ ਰਹੇਗਾ ਗੰਗਾ ਨਗਰ ਹਰਮਾਨਗੜ ਦੇ ਵਿੱਚ ਥੋੜੇ ਜਿਹੇ ਇਲਾਕੇ ਦੇ ਵਿੱਚ 17 ਨੂੰ ਮਾੜੀ ਮੋਟੀ ਕਾਰਵਾਈ ਹੋ ਸਕਦੀ ਹੈ ਨਹੀਂ ਤਾਂ ਲੂ ਚੱਲੇਗੀ ਤੇ ਇਹਨਾਂ ਦਿਨਾਂ ਦੇ ਵਿੱਚ ਮੌਸਮ ਪੂਰਾ ਖੁਸ਼ਕ ਬਣਿਆ ਰਹੇਗਾ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਪੱਛਮੀ ਉੱਤਰ ਪ੍ਰਦੇਸ਼ ਚ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਕਿ ਮੌਸਮ ਪੂਰਨ ਤੌਰ ਤੇ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ ਜਿਹੜੀਆਂ ਅਫਵਾਹਾਂ ਫੈਲ ਰਹੀਆਂ ਹੈਗੀਆਂ WhatsApp Facebook ਤੇ ਉਹ ਗਲਤ ਹੈ ਉਹ ਆਧਾਰਹੀਣ ਹੈ ਤਾਂ ਦੋਸਤੋ ਏ ਸੀਗਾ ਹੁਣ ਤੱਕ ਦਾ ਮੌਸਮ ਦਾ ਹਾਲ ਅੱਗੇ ਮੌਸਮ ਜਿਸ ਕਰਵਟ ਬੈਠਦਾ ਹੈ ਉਹਦਾ ਵਰਣਨ ਤੁਹਾਨੂੰ ਕਰਕੇ ਦੱਸ ਦਿੱਤਾ ਜਾਊਗਾ ਇਹ ਜੋ ਵੀ ਕੋਈ ਦੱਸਿਆ ਗਿਆ ਭਾਰਤੀ ਮੌਸਮ ਵਿਭਾਗ ਦੇ ਜੋ ਪ੍ਰੈਸ ਨੋਟ ਹੈ ਉਹਨਾਂ ਨੂੰ ਪੜ੍ਹ ਕੇ ਤੁਹਾਨੂੰ ਸੁਣਾਇਆ ਗਿਆ ਧੰਵਾਦ ਦੋਸਤੋ ਮਿਹਰਬਾਨੀ ਦੋਸਤੋ